ਕਹਿੰਦੀ ਵੀਰ ਜੀ ਕਿਸ ਤਰ੍ਹਾਂ ਹੱਲ ਹੋ ਸਕਦਾ? ਮੈਂ ਕਿਹਾ ਇੱਕੋ ਇੱਕ ਹੱਲ ਹੈ ਕਿ ਸਕੂਲ ਮੈਨੇਜਮੈਂਟ ਤੇ ਪਰਚਾ ਕਰਾ ਦੇ। ਇਹ ਤਸਵੀਰਾਂ ਬਿਆਸ ਦੀਆਂ ਹਨ, ਜਿੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦੂਜੀ ਕਲਾਸ ਵਿੱਚ ਪੜ੍ਹਦੀ 8 ਸਾਲਾਂ ਦੀ ਮਾਸੂਮ ਬੱਚੀ ਨਾਲ 10ਵੀਂ ਦੇ ਵਿਦਿਆਰਥੀ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਰੋਸ ਵਜੋਂ ਅੱਜ ਪਰਿਵਾਰਕ ਮੈਂਬਰਾਂ ਨੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸਕੂਲ ਦੇ ਪ੍ਰਬੰਧਕਾਂ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਨੈਸ਼ਨਲ ਹਾਈਵੇ ਵੀ ਜਾਮ ਕੀਤਾ। ਉਹਨਾਂ ਕਿਹਾ ਕਿ ਸਥਾਨਕ ਸਕੂਲ, ਪੁਲਿਸ ਅਤੇ ਕੁਝ ਸਿਆਸੀ ਨੇਤਾ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਇਕੱਤਰ ਹੋਏ ਸਕੂਲੀ ਬੱਚਿਆਂ ਦੇ ਮਾਪੇ ਨੈਸ਼ਨਲ ਹਾਈਵੇ ਅੰਮ੍ਰਿਤਸਰ ਜਲੰਧਰ ਰੋਡ ਤੇ ਬੈਠ ਗਏ ਅਤੇ ਆਵਾਜਾਈ ਨੂੰ ਰੋਕ ਕੇ ਆਪਣਾ ਰੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ਅਤੇ ਪੁਲਿਸ ਰਾਤ 10:30 ਪਰਚਾ ਦਰਜ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਬੱਚੇ ਸਕੂਲ ਦੇ ਵਿੱਚ ਸੁਰੱਖਿਅਤ ਨਹੀਂ ਹਨ। ਵਿਕਰਮਜੀਤ ਸਿੰਘ ਆ ਸਾਰਾ। ਫਰਾਈਡੇ ਨੂੰ ਇੱਕ ਲੜਕੀ ਨਾਲ ਦੂਸਰੀ ਕਸ਼ਾ ਦੇ ਨਾਲ ਰੇਪ ਹੋਇਆ। 9ਵੀਂ ਕਸ਼ਾ 10ਵੀਂ ਕਲਾਸ ਦੇ ਲੜਕੀ ਨੇ ਕੀਤਾ ਰੇਪ। ਸਾਨੂੰ ਕਿਸੇ ਪੇਰੈਂਟਸ ਨੂੰ ਪਤਾ ਨਹੀਂ, ਸਾਨੂੰ ਫੇਸਬੁੱਕ ਦੇ ਮਾਧਿਅਮ ਰਾਹੀਂ ਪਤਾ ਲੱਗਾ। ਸ਼ਨੀਵਾਰ ਨੂੰ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਇਸ ਸੰਬੰਧੀ ਆਪਣੇ ਬੱਚਿਆਂ ਨੂੰ ਪੁੱਛਿਆ। ਬੱਚਿਆਂ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀਗਾ ਕਿ ਇੱਥੇ ਕਬੂਤਰ ਮਰਿਆ ਜੀ, ਕਬੂਤਰ ਮਰਨਾ ਬਲੱਡ ਡਿੱਗਾ ਅਤੇ ਘਰ ਜਾ ਕੇ ਕੋਈ ਨਾ ਦੱਸਿਓ। ਇਹ ਸਾਰੀ ਇੱਥੋਂ ਦੇ ਫਾਦਰ ਦੀ ਕਰਤੂਤ ਆ ਜੀ। ਇਹ ਫਾਦਰ ਸਾਰੀ ਦੁਨੀਆ ਦਾ ਬਣਦਾ, ਫਾਦਰ ਆਪਣੇ ਲਾਇਕ ਨਹੀਂ ਹੈਗਾ। ਸਾਡੇ ਬੱਚੇ ਕਿਸਾਂ ਹੱਸ ਹੱਸ ਕੇ ਖਿੜ ਖਿੜਾ ਕੇ ਗੱਲਾਂ ਕਰਦਾ। ਸੱਚ ਫਰਾਈਡੇ ਦੀ ਇਹਦੀ ਇੰਟਰਵਿਊ ਆ ਔਨਲਾਈਨ ਆ ਫੇਸਬੁੱਕ 'ਤੇ ਕਿ ਜਿਹੜਾ ਇੱਥੇ ਸਿਰ ਛੇੜਛਾੜ ਦਾ ਮੁੱਦਾ ਉੱਠਿਆ, ਜਦੋਂ ਖੂਨ ਡਿੱਗਾ ਵਾ ਤੁਹਾਨੂੰ ਉਦੋਂ ਨਹੀਂ ਦਿੱਤਾ, ਇੱਥੇ ਮੁੱਦਾ ਛੇੜਛਾੜ ਦਾ ਸੀ, ਕਾਹਦਾ ਮੁੱਦਾ ਸੀਗਾ? ਉਹ ਮੁੱਦਾ ਤਾਂ ਇਹਨਾਂ ਨੇ ਉਜਾਗਰ ਨਹੀਂ ਕੀਤਾ। ਹੁਣ ਅੰਦਰ ਬੈਠੇ ਆ, ਕੋਈ ਨਿਆਂ ਨਹੀਂ ਦੇ ਰਹੇ, ਸਾਰੇ ਪਬਲਿਕ ਜਿਹੜੇ ਮਾਂ ਬਾਪ ਆ ਉਹ ਡਰੇ ਹੋਏ ਆ, ਇੱਥੇ ਸਕੂਲੇ ਆਪਣੇ ਬੱਚੇ ਨਹੀਂ ਭੇਜ ਰਹੇ ਅਤੇ ਇਸ ਕਾਰਨ ਇਹ ਜਾਮ ਲੱਗਾ ਹੋਇਆ। ਉਹ ਅੰਦਰੋਂ ਨਹੀਂ ਬਾਹਰ ਆਇਆ, ਪ੍ਰਸ਼ਾਸਨ ਕਹਿ ਰਿਹਾ ਅੱਜ ਕਾਰਵਾਈ ਕਰਾਂਗੇ। ਜੇ ਸ਼ੁੱਕਰਵਾਰ ਦੀ ਗੱਲ ਆ, ਹਾਲੇ ਤਾਂ ਫਾਦਰ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਮੈਂ ਤਾਂ ਮੇਰੀ ਡਿਮਾਂਡ ਇਕੱਲੇ ਦੀ ਤਾਂ ਇਹੋ ਹੀ ਆ, ਬਾਕੀ ਤਾਂ ਪਬਲਿਕ ਇਹ ਸਾਰੀ ਬੈਠੀ ਆ ਕਿ ਸਕੂਲ ਬੰਦ ਕਰ ਦਿਉ, 1 ਸਾਲ ਦਾ ਮੈਂ ਗੈਪ ਪਾ ਦੂੰ ਆਪਣੇ ਬੱਚਿਆਂ ਨੂੰ ਅਤੇ ਸਕੂਲ ਬੰਦ ਹੋਣਾ ਚਾਹੀਦਾ ਪ੍ਰੋਪਰ। ਦੇਖੋ ਉਹਨਾਂ ਦੀ ਕੋਈ ਮੰਗ ਹੈ, ਹਲੇ ਮੰਗ ਪਤਾ ਨਹੀਂ ਲੱਗ ਰਿਹਾ ਕੀ ਆ, ਉਹਨਾਂ ਦੀ ਮੰਗ ਪਤਾ ਕਰਕੇ ਫਿਰ ਦੇਖਦੇ। ਪਰ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਬਲਤਕਾਰ ਆ ਇਹ ਲੜਕੀ ਦਾ, ਦੂਜੀ ਕਲਾਸ 10ਵੀਂ ਕਲਾਸ ਪਰਚਾ ਦਰਜ ਆ, ਬੰਦਾ ਗ੍ਰਿਫਤਾਰ ਆ, ਦੋਸ਼ੀ ਗ੍ਰਿਫਤਾਰ ਆ। ਮੈਡੀਕਲ ਵਗੈਰਾ? ਮੈਡੀਕਲ ਹਾਲੇ ਨਹੀਂ ਹੋਇਆ, ਮੈਡੀਕਲ ਕੱਲ੍ਹ ਹੋਏਗਾ। ਅਤੇ ਸਰ ਉਹਨਾਂ ਰੋਡ ਤੋਂ ਉਠਾਇਆ ਜਾਏਗਾ? ਹਾਂ ਉਹ ਗਏ ਆ ਬੰਦੇ ਟਾਉਣ ਜਾ ਰਹੇ ਆ। ਕਹਿੰਦੀ ਵੀਰ ਜੀ ਕਿਸ ਤਰ੍ਹਾਂ ਹੱਲ ਹੋ ਸਕਦਾ? ਮੈਂ ਕਿਹਾ ਇੱਕੋ ਇੱਕ ਹੱਲ ਹੈ ਕਿ ਸਕੂਲ ਮੈਨੇਜਮੈਂਟ ਤੇ ਪਰਚਾ ਕਰਾ ਦੇ। ਜਿਹਨੇ ਵੀਡੀਓ ਡਿਲੀਟ ਕੀਤੀ ਹੈ ਉਹਦੇ ਉਹ ਸਭ ਕੁਝ ਹੈ, ਪਰ ਸਭ ਤੋਂ ਪਹਿਲਾਂ ਉੱਥੇ ਪਰਚਾ, ਪਰ ਉਹਦਾ ਜਵਾਬ ਇਹ ਹੈ ਕਿ ਇਨਵੈਸਟੀਗੇਸ਼ਨ ਹੋਏਗੀ। ਕੋਈ ਇਨਵੈਸਟੀਗੇਸ਼ਨ ਨਹੀਂ ਜੇ ਹੋਣੀ। ਹਾਲਾਂਕਿ ਸਕੂਲ ਪ੍ਰਬੰਧਕਾਂ ਨੇ ਮਾਪਿਆਂ ਦੇ ਸਾਹਮਣੇ ਆ ਕੇ ਇਸ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ, ਪਰ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਕੂਲ ਦੇ ਪ੍ਰਬੰਧਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ। ਬਿਊਰੋ ਰਿਪੋਰਟ, ਪੰਜਾਬ ਟੂਡੇ।